ਸਿਵਲ ਸਰਜਨ ਸੰਗਰੂਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ SMO ਡਾਕਟਰ ਪ੍ਰਵੀਨ ਗਰਗ ਦੀ ਯੋਗ ਅਗਵਾਈ ਹੇਠ ਸਟੀਲ ਮੈਨੇਜ ਪਬਲਿਕ ਸਕੂਲ ਚੰਨੋ ਵਿਖੇ RKSK ਪ੍ਰੋਗਰਾਮ ਅਧੀਨ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਵਿੱਚ ਕਿਸ਼ੋਰ ਅਵਸਥਾ ਵਿੱਚ ਬੱਚਿਆਂ ਨੂੰ ਆਉਣ ਵਾਲੀਆਂ ਤਬਦੀਲੀਆਂ ਦੀਆਂ ਸਮੱਸਿਆਵਾਂ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ ਗਈ। ਇਸ ਸਮੇਂ SMO ਭਵਾਨੀਗੜ੍ਹ ਨੇ ਬੱਚਿਆਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜੇਕਰ ਇਸ ਉਮਰ ਵਿੱਚ ਬੱਚਿਆਂ ਦੀ ਖੁਰਾਕ, ਮੈਂਟਲ ਸਟੇਟ, ਫਿਜ਼ੀਕਲ ਹੈਲਥ ਬਾਰੇ ਸਹੀ ਧਿਆਨ ਦਿੱਤਾ ਜਾਵੇ ਤਾਂ ਬੱਚਾ ਆਪਣੀ ਜ਼ਿੰਦਗੀ ਵਿੱਚ ਉਚਾਈਆਂ ਛੂਹ ਸਕਦਾ ਹੈ। ਇਸ ਸਮੇਂ ਉਹਨਾਂ ਦੱਸਿਆ, ਕਿਸ਼ੋਰ ਅਵਸਥਾ ਦੌਰਾਨ ਸਰੀਰਕ ਵਾਧਾ ਤੇਜ਼ੀ ਨਾਲ ਹੁੰਦਾ ਹੈ। ਇਸ ਦੌਰਾਨ ਮਾਨਸਿਕ, ਭਾਵਨਾਤਮਕ, ਮਨੋਵਿਗਿਆਨਕ ਤਬਦੀਲੀਆਂ ਆਉਂਦੀਆਂ ਹਨ। ਕਾਮ ਇੱਛਾ, ਤਣਾਅ, ਮੋਢੀ ਹੋਣਾ, ਵਿਰੋਧੀ ਲਿੰਗ ਪ੍ਰਤੀ ਖਿੱਚ ਅਤੇ ਨਿਰਭਰਤਾ ਤੋਂ ਸਵੈ ਇੱਛਾ ਵੱਲ ਝੁਕਾਅ ਹੁੰਦਾ ਹੈ। ਇਸ ਉਮਰ ਵਿੱਚ ਸਿਹਤ ਸੰਬੰਧੀ ਸਹੀ ਜਾਣਕਾਰੀ ਨਾ ਹੋਣ ਕਾਰਨ ਬੱਚੇ ਅਕਸਰ ਹੀਣ ਭਾਵਨਾ ਦਾ ਸ਼ਿਕਾਰ ਹੋ ਜਾਂਦੇ ਹਨ। ਉਹਨਾਂ ਇਸ ਸਮੇਂ ਬੱਚਿਆਂ ਨੂੰ ਯੰਗ ਫੂਡ, ਫਾਸਟ ਫੂਡ, ਬਾਹਰ ਦੇ ਤਲੇ ਹੋਏ ਫੈਟੀ ਪਦਾਰਥ ਤੋਂ ਵਰਜਿਆ ਅਤੇ ਘਰਾਂ ਵਿੱਚ ਬਣੇ ਸਾਫ਼ ਸੁਥਰੇ ਖਾਣੇ, ਹਰੀਆਂ ਸਬਜ਼ੀਆਂ, ਫਲ ਫਰੂਟ ਖਾਣ ਲਈ ਪ੍ਰੇਰਿਤ ਕੀਤਾ। ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਅੰਜਲੀ ਗੋੜ ਨੇ ਸਮੂਹ ਮੈਡੀਕਲ ਟੀਮ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੇ ਬੱਚਿਆਂ ਨੂੰ ਬੜਮੁੱਲੀ ਜਾਣਕਾਰੀ ਦਿੱਤੀ। ਇਸ ਮੌਕੇ ਡਾਕਟਰ KC ਗੋਇਲ, ਬੱਚਿਆਂ ਦੇ ਮਾਹਿਰ ਗੁਰਵਿੰਦਰ ਸਿੰਘ, ਬਲਾਕ ਐਜੂਕੇਟਰ ਗੁਰਜੰਟ ਸਿੰਘ SI, ਅਣਜੀਤ ਕੌਰ ANM, ਗੁਰਜੰਟ ਸਿੰਘ, ਵਿਪਨ ਕੁਮਾਰ, ਮਨਦੀਪ ਸਿੰਘ ਹੈਲਥ ਵਰਕਰ, ਮੈਡਮ ਅੰਜਨੀ ਵਾਲਾ ਸਮੂਹ ਸਟਾਫ ਅਤੇ ਵਿਦਿਆਰਥੀ ਸ਼ਾਮਲ ਸਨ। ਸੱਥਿਆ ਕਾਰਜਕ੍ਰਮ ਹੈ ਇੰਡੀਆ ਗੌਰਮੈਂਟ ਦਾ, ਉਸ 10 ਸਾਲ ਤੋਂ ਲੈ ਕੇ 19 ਸਾਲ ਦੇ ਬੱਚਿਆਂ ਨੂੰ ਅਸੀਂ 10 ਸਾਲ ਤੋਂ ਲੈ ਕੇ 19 ਸਾਲ ਦੇ ਬੱਚਿਆਂ ਨੂੰ ਅਸੀਂ ਮਤਲਬ ਕਿ ਉਹਨਾਂ ਦੇ ਜਿਹੜੀ ਪ੍ਰੋਬਲਮਸ ਹੁੰਦੀਆਂ ਉਹ ਦੱਸਣ ਵਾਸਤੇ ਇਕੱਠੇ ਹੋਏ ਹਾਂ, ਕਿਉਂਕਿ ਆਹ ਜਿਹੜਾ 10 ਸਾਲ ਤੋਂ 19 ਸਾਲ ਦੀ ਪਾਪੂਲੇਸ਼ਨ ਹੈ ਆਹ ਰਫਲੀ ਇੰਡੀਆ ਦੇ ਵਿੱਚ 20% ਦੇ ਕਰੀਬ ਹੈ, ਜੋ ਕਿ ਕਾਫੀ ਹਿੱਸਾ ਹੈ। ਅਤੇ ਇਹਨਾਂ ਨੂੰ ਜੇਕਰ ਇਹਨਾਂ ਦੀ ਐਜੂਕੇਸ਼ਨ ਦੇ ਬਾਰੇ, ਇਹਨਾਂ ਦੇ ਨਿਊਟ੍ਰੀਸ਼ਨ ਦੇ ਬਾਰੇ, ਜਾਂ ਇਹਨਾਂ ਦੇ ਜਿਹੜੇ ਡਰੱਗ ਅਬਿਊਜ਼ ਨੇ ਉਹਨਾਂ ਬਾਰੇ, ਜਾਂ ਇਹਨਾਂ ਨੂੰ ਜੋ ਫੈਸਿਲਿਟੀਜ਼ ਮਤਲਬ ਗਵਰਨਮੈਂਟ ਨੇ ਰੱਖੀਆਂ ਇਹਨਾਂ ਵਾਸਤੇ, ਉਮੰਗ ਕਲੀਨਿਕ ਸ਼ੁਰੂ ਕੀਤੇ ਹੋਏ ਹੈ, ਓਟ ਸੈਂਟਰ ਸ਼ੁਰੂ ਕੀਤੇ ਹੋਏ ਹੈ, ਨਸ਼ਿਆਂ ਦੇ ਬਾਰੇ, ਉਹ ਸਾਰੇ ਅਸੀਂ ਜਾਣੂ ਕਰਾਉਣ ਵਾਸਤੇ ਆਏ ਹਾਂ, ਤਾਂ ਜੋ ਇਹ ਬੁਰਾਈਆਂ ਤੋਂ ਦੂਰ ਰਹਿਣ। ਅਤੇ ਅਸੀਂ ਇਹਨਾਂ ਨੂੰ ਡਾਇਟ ਬਾਰੇ ਵੀ ਦੱਸਿਆ ਹੈ, ਨਿਊਟ੍ਰੀਸ਼ਨ ਬਾਰੇ ਦੱਸਿਆ ਹੈ, ਅਤੇ ਜਿਹੜੀਆਂ ਇਹਨਾਂ ਇਸ ਏਜ ਵਿੱਚ ਇਹਨਾਂ ਦੀ ਬੱਚਿਆਂ ਦੀ ਜਿਹੜੀ ਡਿਵੈਲਪਮੈਂਟ ਹੁੰਦੀ ਹੈ, ਸੈਕੰਡਰੀ ਸੈਕਸੁਅਲ ਕਰੈਕਟਰ ਡਿਵੈਲਪ ਹੋਣ ਹੁੰਦੇ ਨੇ, ਉਹ ਗੱਲਾਂ ਕਈ ਵਾਰੀ ਕਰਨ 'ਤੇ ਬੱਚੇ ਚਿੱਕਦੇ ਹੈ, ਉਹਨਾਂ ਬਾਰੇ ਵੀ ਅਸੀਂ ਦੱਸਿਆ ਇਹਨਾਂ ਨੂੰ, ਮਤਲਬ ਕਿ ਵੀ ਮੈਂਸਟਰੁਅਲ ਹਿਸਟਰੀ ਹੈ, ਕੋਈ ਦੂਸਰੀ ਕੋਈ ਦਿੱਕਤ ਹੋਣ, ਉਹ ਸਾਡੇ ਨਾਲ ਸੈਕਸੁਅਲ ਰਿਲੇਟਿਡ ਕੋਈ ਡਿਜ਼ੀਜ਼ ਹੁੰਦੀ ਹੈ ਉਹਨਾਂ ਨੂੰ ਰੋਕਣ ਬਾਰੇ, ਅਤੇ ਜਿਵੇਂ ਮੈਰਿਜ ਹੈ, ਏਜ ਹੈ ਕੁੜੀਆਂ ਦੀ 18 ਸਾਲ ਹੈ, ਉਸ ਤੋਂ ਪਹਿਲਾਂ ਮਤਲਬ ਕਿ ਨਹੀਂ ਕਰਨੀ ਚਾਹੀਦੀ, ਜਿਸ ਨਾਲ ਬਿਮਾਰੀਆਂ ਕਈ ਕਿਸਮ ਦੀਆਂ ਹੋ ਜਾਂਦੀਆਂ, ਅਤੇ ਕਿਉਂਕਿ ਸਰੀਰ ਦੀ ਡਿਵੈਲਪਮੈਂਟ ਨਹੀਂ ਹੋਣੀ ਹੁੰਦੀ, ਅਤੇ ਇਹਨਾਂ ਨੂੰ ਸਾਰੀ ਗੱਲਾਂ ਤੋਂ ਜਾਣੂ ਕਰਾਉਣ ਵਾਸਤੇ ਆ ਜੀ।